ਕਿਆ ਵੀ ਸੋਨਾ ਤੁਸੀਂ ਪੌਣੀਓ ਸਿਆਹੀ ਦੇ ਵਿੱਚ ਤੇ ਸੋਨਾ ਕਾਫੀ ਮਹਿੰਗਾ ਹੈ ਤੇ ਜੇਕਰ ਆਪਾਂ ਐਸਟੀਮੇਟ ਦੀ ਗੱਲ ਕਰੀਏ ਤਾਂ ਕਿੰਨਾ ਕੁ ਜਿਹੜਾ ਇਹਦੇ ਤੇ ਖਰਚਾ ਜਿਹੜਾ ਹੈਗਾ ਪ੍ਰੋਪਰ ਸਾਰੇ ਉਤਾਰੇ ਤੇ ਆਉਣਾ ਹੈਗਾ ਇਹ ਭੈਣ ਜੀ ਮੈਂ ਕੁਝ ਨਹੀਂ ਕਹਿ ਸਕਦਾ ਇਸ ਸਮਾਂ ਦੇ ਵਿੱਚ ਇਹ ਵੀ ਹੈ ਵੀ ਹੋ ਸਕਦਾ ਹੈ ਵੀ 35-40 ਲੱਖ ਲੱਗ ਜਾਵੇ ਹੋ ਸਕਦਾ ਹੈ 70-80 ਲੱਖ ਲੱਗ ਜਾਵੇ ਇਹ ਮੈਨੂੰ ਕੋਈ ਪਤਾ ਨਹੀਂ ਸੋਨੇ ਦਾ ਭਾਅ ਕਦੋਂ ਚੜਨਾ ਤੇ ਕਦੋਂ ਉਤਰਨਾ ਕਿਉਂਕਿ ਮਾਰੀ ਸਾਹਿਬ ਦੇ ਹਰ ਇੱਕ ਅੰਗ ਦੇ ਉੱਤੇ ਸੋਨਾ ਲੱਗਣਾ ਹੈ ਮੀਨਾਕਾਰੀ ਹੋਣੀ ਹੈ ਉਹ ਵੀ ਸੋਨੇ ਨਾਲ ਹੋਣੀ ਹੈ ਜਿਹੜੀ ਜਲਤ ਹੈ ਮੇਰਾ ਮੰਨ ਹੈ ਵੀ ਜਲਤ ਵੀ ਸੋਨੇ ਦੀ ਬਣਾਈ ਜਾਵੇ ਤੇ ਉਹ ਫਿਰ ਉਹ ਅਨੁਮਾਨ ਉਹ ਤੋਂ ਹੀ ਪਤਾ ਲੱਗੇਗਾ ਵੀ ਜਦੋਂ ਗੁਰੂ ਸਾਹਿਬ ਦਾ ਸਰੂਪ ਤਿਆਰ ਹੋ ਗਿਆ ਤਾਂ ਤੱਕ ਤੁਸੀਂ ਕਿੰਨੇ ਜਿਹੜੇ ਅੰਗ ਹੈ ਉਹ ਤੁਸੀਂ ਲਿਖ ਚੁੱਕੇ ਹੋ तकरीबन 311 ਅੰਗ ਹੋ ਚੁੱਕੇ ਨੇ ਤਤਕਰਾ ਮਲਾ ਕੇ 325 ਜੀ ਤੇ ਜਿਹੜੇ ਇਹਦੇ ਕਾਗਜ਼ਾਤ ਹੈ ਜਾਂ ਜਿਹੜੀ ਸਿਆਹੀ ਹੈ ਉਹ ਤੁਸੀਂ ਸਿਆਹੀ ਦੀ ਆਪ ਹੀ ਤਿਆਰ ਕਰਦੇ ਹੋ ਬਿਲਕੁਲ ਜੀ ਆਪ ਸਾਰੀਆਂ ਹਰਬਲ ਚੀਜ਼ਾਂ ਨਾਲ ਤਿਆਰ ਕਰਦੇ ਆ ਕਾਗਜ਼ ਬਸ ਜੈਪੁਰ ਤੋਂ ਮੰਗਾਉਣੇ ਆ ਕਿਉਂਕਿ ਉਹ ਆਪਾਂ ਘਰੇ ਬਣਾ ਨਹੀਂ ਸਕਦੇ ਉਹਨਾਂ ਬਹੁਤ ਜ਼ਿਆਦਾ ਮਟੀਰੀਅਲ ਲੱਗਦਾ ਹੈ। ਤੁਹਾਨੂੰ ਤਾਂ ਟੰਗ ਦੇ ਨਾਲ ਹੀ ਬਿਲਕੁਲ ਤੁਸੀਂ ਬਣਾ ਰਹੇ ਹੋ ਜਿਸ ਤਰ੍ਹਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਜਦੋਂ ਲਿਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਉਸੇ ਤਰ੍ਹਾਂ ਹੀ ਬਿਲਕੁਲ ਜੀ ਪੇਪਰ ਉਹੀ ਹੈ ਸ਼ਾਈ ਪੁਰਾਤਨ ਹੈ ਪੇਪਰ ਪੁਰਾਤਨ ਹੈ ਜਿਹੜੇ ਅੱਖਰਾਂ ਦੀ ਬੰਤਰ ਹੈ ਉਹ ਹਉਣ ਦੇ ਸਮੇਂ ਦੀ ਹੈ ਪਹਿਲੇ ਤਾਂ ਜੀ ਨਿੰਮ ਦਾ ਸੂਟਾ ਤੇ ਤਾਂਬੇ ਦਾ ਭਾਂਡਾ ਉਹਦੇ ਵਿੱਚ ਵਰਤਿਆ ਜਾਂਦਾ ਫਿਰ ਵਿਜੇਸਰ ਦੇ ਪਾਣੀ ਵਿਜੇਸਰ ਦੀ ਲੱਕੜ ਦਾ ਪਾਣੀ ਵਿੱਚ ਪਾਇਆ ਜਾਂਦਾ ਬੋਲ ਹੁੰਦੀ ਗੁੰਨ ਹੁੰਦੀ ਹੈ ਕਿਕਰ ਦੀ ਗੁੰਨ ਜਿਹਨੂੰ ਕਹਿ ਦਿੰਦੇ ਆ ਤੇ ਸੁਰਮਾ ਦੀਵੇ ਦੀ ਲੋ ਸੋਨਾ ਲਾਜਵੰਤੀ ਹੋਰ ਕੋਈ ਮਿੱਠੇ ਦਾ ਤੇਲ ਕਾਫੀ ਚੀਜ਼ਾਂ ਪਾ ਕੇ ਫਿਰ ਇਹ ਸ਼ਾਈ ਤਿਆਰ ਹੁੰਦੀ ਹੈ ਵੀਦ ਨਾ ਪਾਤ 20 ਦਿਨਾਂ ਬਾਅਦ ਇਸ ਤੈਈ ਸਹੀ ਧਿਆਨ ਹੋ ਜਾਂਦੀ ਹੈ ਨਹੀਂ ਸੋਨਾ ਵਿੱਚ ਸੋਟੇ ਦੇ ਵਿੱਚ ਲਾ ਦਿੱਤਾ ਜਾਂਦਾ ਉਹਨੂੰ 20 ਦਿਨ ਰਗੜਦੇ ਰਹਿੰਦੇ ਨੇ ਉਹ ਪਾਂਚੜਦੇ ਰੰਦੀ ਨਾਲੇ ਘੋਟਾ ਕਸਦਾ ਰਹਿੰਦੇ ਵੀ ਉਹ ਕਾਗਜ਼ ਦੇ ਉੱਤੇ ਕੜਤਨ ਪੈਦਾ ਹੋ ਜਾਵੇ ਸ਼ਾਈ ਦੇ ਵਿੱਚ ਵੀ ਉਹ ਕਸਾ ਕਾਗਜ਼ ਦਿੱਤੇ ਕਿਸੇ ਤਰ੍ਹਾਂ ਦਾ ਘੁਣਾ ਨਾ ਲੱਗੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਸਿੱਖ ਸੰਗਤ ਦੇ ਵਿੱਚ ਬਥੇਰਾ ਜਾ ਹੈ ਉਹ ਆਪਣੇ ਗੁਰੂ ਸਾਹਿਬ ਗੁਰੂ ਦੇ ਲਈ ਮੈਂ ਕਹਿੰਦਾ ਵੀ ਗੁਰੂ ਨੂੰ ਸੋਨੇ ਸੋਨੇ ਦੀ ਗੱਲ ਨਹੀਂ ਹੀਰਾ ਦੇ ਵਿੱਚ ਵੀ ਜੜਾ ਦੇਣਗੇ ਇੰਨਾ ਸਿੱਖ ਸੰਗਤ ਦੇ ਵਿੱਚ ਗੁਰੂ ਪ੍ਰਤੀ ਪਿਆਰ ਹੈ ਜャ ਹੈ ਜਿਨੇ ਆਪਣੇ ਬੱਚੇ ਬਲਦਾਨ ਕੀਤੇ ਹੋਣ ਕਿ ਅਸੀਂ ਉਸ ਗੁਰੂ ਲਈ ਸੋਨਾ ਨਹੀਂ ਵਰਤ ਸਕਦੇ। ਸੱਤਰੀਆ ਕਾਲ ਰਹਿਮਤ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਆकांक्षा। ਪਿਛਲੇ ਦਿਨੀ ਪੰਜਾਬ ਦੇ ਵਿੱਚ ਹੋਈ ਹਿੰਸਾ ਨੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਜਿੱਥੇ ਕਿ ਦੋ ਧਰਮਾਂ ਦੇ ਗੁੱਟਾਂ ਦੇ ਵਿੱਚ ਹਿੰਸਾ ਹੋਈ ਹੈ ਔਰ ਪਟਿਆਲਾ ਵਿਖੇ ਇਹ ਹਿੰਸਾ ਨੂੰ ਅੰਜਾਮ ਦਿੱਤਾ ਗਿਆ ਔਰ ਕਿਸ ਤਰ੍ਹਾਂ ਜਿਹੜਾ ਹੈ ਪੰਜਾਬ ਦੀ ਕਮਿਊਨਲ ਹਾਰਮਨੀ ਨੂੰ ਜੋ ਹੈ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਭਾਈਚਾਰਕ ਸਾਂਝ ਦੀ ਗਵਾਹੀ ਸਦੀਆਂ ਤੋਂ ਭਰਦਾ ਆ ਰਿਹਾ ਹੈ ਇਸ ਵੇਲੇ ਅਸੀਂ ਪੰਜਾਬ ਦੇ ਭਗਤਾ ਭਾਈਕਾ ਵਿਖੇ ਮੌਜੂਦ ਹਾਂ ਔਰ ਉੱਥੇ ਤੁਹਾਨੂੰ ਸਿੱਖ ਅਤੇ Hindu ਭਾਈਚਾਰੇ ਦੀ ਇੱਕ ਅਜੇਹੀ ਮਿਸਾਲ ਦਿਖਾਵਾਂਗੇ ਕਿ ਤੁਹਾਡੀ ਜਿਹੜੀ ਰੂਹ ਹੈ ਉਹ ਵੀ ਅਸ਼ਸ਼ਕਰ ਉਠੇਗੀ ਇਸ ਵੇਲੇ ਤੁਹਾਨੂੰ ਮਿਲਵਾਨ ਜਾ ਰਹੀ ਆ ਮੈਂ ਮਨਕੀਰਤ ਸਿੰਘ ਉਰਫ ਜਗਨਦੀਪ ਕੁਮਾਰ ਜੋ ਕਿ ਹਿੰਦੂ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਪਰ ਭਾਈ ਸਾਹਿਬ ਹੁਣ ਅੰਮ੍ਰਿਤਧਾਰੀ ਸਿੱਖ ਨੇ 2009 ਤੋਂ ਅੰਮ੍ਰਿਤਧਾਰੀ ਸਿੱਖ ਨੇ ਔਰ ਪਿਛਲੇ 2.5 ਸਾਲਾਂ ਤੋਂ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਆਪਣੇ ਹੱਥੀਂ ਕਰ ਰਹੇ ਨੇ ਜਿਸ ਕਮਰੇ ਦੇ ਵਿੱਚ ਅਸੀਂ ਬੈਠੇ ਹੋਏ ਆ ਇਸੇ ਕਮਰੇ ਦੇ ਵਿੱਚ ਬੈਠ ਕੇ ਭਾਈ ਸਾਹਿਬ ਜੋ ਨੇ ਆਪਣੇ ਹੱਥੀਂ ਜੋ ਹੈ ਗੁਰੂ ਗ੍ਰੰਥ ਸਾਹਿਬ ਦਵ ਤਾਰਾ ਕਰਦੇ ਨੇ ਤੇ ਗਲਬਾ ਤੇ ਇਹਨਾਂ ਦੇ ਨਾਲ ਕਰਦੇ ਆ ਕਿ ਇਹ ਜੋ ਨੌਜਵਾਨ ਹੈ ਕਿਸ ਤਰ੍ਹਾਂ ਇਹਨਾਂ ਨੂੰ ਇਹ ਇਨਸਪੀਰੇਸ਼ਨ ਮਿਲੀ ਔਰ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਚੁਕਾ ਆਇਆ ਉਹ ਸਿੱਖ ਧਰਮ ਵੱਲ ਹੋਇਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਈ ਸਾਹਿਬ ਤੁਸੀਂ ਆਪਣੇ ਸਫਰ ਦੇ ਬਾਰੇ ਦੱਸੋ ਸਾਨੂੰ ਕਿ ਪਰਿਵਾਰ ਤਾਂ ਤੁਹਾਡਾ Hindu ਧਰਮ ਨਾਲ ਸੰਬੰਧਿਤ ਹੈ ਤੁਹਾਡਾ ਜਨਮ Hindu ਪਰਿਵਾਰ ਦੇ ਵਿੱਚ ਹੋਇਆ ਪਰ ਅੱਜ ਤੁਸੀਂ ਅੰਮ੍ਰਿਤਧਾਰੀ ਸਿੱਖ ਹੋ ਇਹ ਜੋ ਹੈ ਰਹਿਮਤ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਕਿਉਂਕਿ ਜਦੋਂ ਅਸੀਂ ਮੈਂ ਇਹ ਸੋਚਦਾ ਵੀ ਜਿਹਦੇ ਉੱਚ ਕੋਟੀ ਦੇ ਕਰਮ ਹੋਣ ਉਹਨੂੰ ਸਿੱਖੀ ਮਿਲਦੀ ਹੈ ਤੇ ਮੈਨੂੰ ਸੱਚੇ ਬਾਦਸ਼ਾਹ ਨੇ ਗਿਰਭਾ ਕੀਤੀ ਮੇਰੇ ਤੇ ਤਰਸ ਕਰਕੇ ਸਿੱਖੀ ਦੀ ਦਾਤ ਬਖਸ਼ੀ ਉਪਰੋਂ ਜਿਹੜੀ ਸਿੱਖੀ ਹੈ ਨਾ ਇੱਕ ਮੈਂ ਅਕਸਰ ਕਹਿਣਾ ਹੁਣਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਗੁਰੂ ਹੈ ਨਾ ਉਹ ਕਿਸੇ ਕਰਮਾ ਵਾਲੇ ਨੂੰ ਨਸੀਬ ਹੁੰਦਾ ਹੈ ਕਹਿੰਦੇ ਹੁੰਦੇ ਨੇ ਪੱਕਾ ਗੁਰੂ ਕਿਸੇ ਕਰਮਾ ਵਾਲੇ ਨੂੰ ਮਿਲਦਾ ਜੇ ਕੋਈ ਆਮ ਆਪਣੀ ਗੱਲਾਂ ਕਰਦੇ ਹੁੰਦੇ ਨੇ ਵੀ ਫਲਾਨੀ ਥਾਂ ਜਾਂਦੇ ਨੇ ਡੇਰਿਆਂ ਤੇ ਜਾਂਦੇ ਨੇ ਉਹ ਦਾਨ ਮੈਂ ਉਹਨਾਂ ਨਾਲ ਘਿਰਨਾ ਨਹੀਂ ਕਰਦਾ ਮੇਰਾ ਚਿੱਤ ਉਹਨਾਂ ਦੇ ਉੱਤੇ ਤਰਸ ਕਰਦਾ ਕਿਉਂਕਿ ਉਹਨਾਂ ਤੇ ਤਰਸ ਕਰਨਾ ਤਾਂ ਬਣਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੇ ਦਾਨੀ ਉਹ ਹਰ ਇੱਕ ਨੂੰ ਹਰ ਇੱਕ ਦੇ ਕਰਮਾ ਦੇ ਵਿੱਚ ਇਹੋ ਜਿਹਾ ਗੁਰੂ ਨਹੀਂ ਕਿਉਂਕਿ ਦੇਖੋ ਹਰ ਇੱਕ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਪਹਿਲੇ ਗੱਲ ਕੀਤੀ ਵੀ ਸਿੱਖਾਂ ਨੇ ਦਸਵੰਦ ਕੱਢਣਾ ਹੂੰ ਸਿੱਖਾਂ ਨੇ ਦਸਵੰਦ ਕੱਢਣ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਧਨ ਦੌਲਤ ਰਸਦਾਂ ਦਾ ਦਸਵੰਦ ਕੱਢਣਾ ਪਰ ਇਹ ਗੁਰੂ ਇਹੋ ਜੇ ਸਨ ਇਹਨਾਂ ਨੇ ਆਪਣੇ ਪੁੱਤਰਾਂ ਦਾ ਦਸਵੰਦ ਕੱਢਿਆ ਬਿਲਕੁਲ ਕੌਮ ਨੂੰ ਬਚਾਉਣ ਵਾਸਤੇ ਬਹੁਤ ਵੱਡੀ ਗੱਲ ਕੌਮ ਨੂੰ ਬਚਾਉਣ ਵਾਸਤੇ ਇੱਕ ਇਨਸਾਨੀਅਤ ਨੂੰ ਬਚਾਉਣ ਵਾਸਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਆਪਣੇ ਬੱਚਿਆਂ ਦਾ ਆਪਣੇ ਮਾਤਾ ਦੇ ਬੁੱਢਾ ਬੁੱਢੇ ਹੱਡਾਂ ਦਾ ਤੇ ਪਿਤਾ ਦੇ ਸੀਸ ਦਾ ਦਸਬੰਦ ਕੱਢਿਆ ਇਹੋ ਜਿਹਾ ਗੁਰੂ ਕਿਸੇ ਕਰਮਾ ਵਾਲੇ ਨੂੰ ਮਿਲਦਾ ਸਭ ਤੋਂ ਵੱਡੀ ਮੈਂ ਤਾਂ ਇਹੀ ਮੰਨਦਾ ਵੀ ਮੈਂ ਬਹੁਤ ਵੱਡੇ ਭਾਗਾਂ ਵਾਲਾ ਵੀ ਜਿਹੜਾ ਮੈਨੂੰ ਗੁਰਸਿੱਖੇ ਦੀ ਦਾਤ ਮਿਲੀ ਹੈ ਜੀ ਤਾਂ ਜਿਸ ਸਫਰ ਦੀ ਸ਼ੁਰੂਆਤ ਕਰਦੇ ਆ ਕਿੱਥੋਂ ਤੁਹਾਡਾ ਸਫਰ ਜਿਹੜਾ ਹੈ ਸ਼ੁਰੂ ਹੋਇਆ 2009 ਦੇ ਵਿੱਚ ਤੁਸੀਂ ਸਿੱਖੀ ਦੇ ਪੇਸ ਵਿੱਚ ਆਏ ਤੇ ਕਿਸ ਤਰ੍ਹਾਂ ਮਤਲਬ ਇਨਸਪੀਰੇਸ਼ਨ ਜਿਹੜੀ ਹੈ ਤੁਹਾਡੇ ਕੋਲ ਰਹੀ ਮੈਂ ਬਿਲਾ ਪੰਜੀ ਮੰਦਿਰ ਦੇ ਵਿੱਚ ਜਾਂਦਾ ਹੁੰਦਾ ਸੀ ਤੇ ਉੱਥੇ ਚਲੋ ਮਨ ਜਿਹੜਾ ਹਨੂਮਾਨ ਜੀ ਦੀ ਪੂਜਨਾ ਮੈਂ ਕਰਦਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਕੀ ਹੋਇਆ ਮੇਰੇ ਪਿਤਾ ਜੀ ਨੂੰ ਕੈਂਸਰ ਹੋਇਆ ਕੈਂਸਰ ਹੋਇਆ ਤੇ ਉਹਨਾਂ ਦਾ ਫੋੜਾ ਬਿਲਕੁਲ ਫਿਸ ਗਿਆ ਇੱਕ ਦਿਨ ਦੇ ਡਾਕਟਰ ਬੈਠੇ ਨੇ ਉੱਤੇ ਤੇ ਮੈਂ ਬਾਬਾ ਭਾਈ ਵੇਲੂ ਜੀ ਦੇ ਖੂਦ ਦੇ ਉੱਤੇ ਸ तकरीबन ਜਾਂਦੇ ਹੁੰਦੇ ਸੀ ਮੈਂ ਅਰਦਾਸ ਕੀਤੀ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਮੈਂ ਨਹੀਂ ਸੀ ਜਾਂਦਾ ਪਰ ਖੂਹ ਤੇ ਖੜ ਕੇ ਮੈਂ ਅਰਦਾਸ ਕੀਤੀ ਬਾਬਾ ਜੀ ਜਿੱਦਾਂ ਬੱਚੇ ਅਰਦਾਸ ਕਰਦੇ ਨੇ ਕਰੀਬ 12-13 ਸਾਲ ਦੀ ਉਮਰ ਸੀ ਵੀ ਬਾਬਾ ਜੀ ਮੈਨੂੰ ਮੇਰੇ ਮੇਰਾ ਪਿਆਉ ਮੇਰੇ ਸਿਰ ਦੇ ਉੱਤੋਂ ਨਾ ਜਾਵੇ ਤੇ ਅਰਦਾਸ ਕੀਤੀ ਜਦੋਂ ਉੱਥੇ ਆਪਰੇਸ਼ਨ ਥੀਏਟਰ ਦੇ ਮੂਹਰੇ ਬੈਠੇ ਮੇਰੇ ਪਿਤਾ ਜੀ ਤੇ ਉਹ ਰੇਸ਼ਾ ਉਹਨਾਂ ਦੇ ਮੂੰਹ ਦੇ ਵਿੱਚ ਟਿਕ ਗਿਆ ਤੇ ਉਹ ਕਹਿੰਦੇ ਵੀ ਇਹ ਬਚਨੇ ਨਹੀਂ ਇਹਨਾਂ ਨੂੰ ਘਰੇ ਲੈ ਜਾਓ 2 ਘੰਟਿਆਂ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਣੀ ਤੇ ਉੱਥੇ ਕੁਦਰਤੀ ਉਦੋਂ ਕੈਂਪ ਲੱਗਿਆ ਹੋਇਆ ਸੀ ਕੁਝ ਸੈਮੀਨਾਰ ਸੀ ਇੱਕ ਡਾਕਟਰ ਆਏ ਨੇ ਉਹ ਡਾਕਟਰ ਆ ਕੇ ਕਹਿੰਦੇ ਵੀ ਅਸੀਂ ਯਾਰ ਡਾਕਟਰਾਂ ਇਹ ਪੇਸ਼ੈਂਟ ਇਹਦਾ ਸਾਡੇ ਸਾਹਮਣੇ ਮਰ ਰਿਹਾ ਤੇ ਅਸੀਂ ਸਾਡੇ ਡਾਕਟਰ ਹੋਣ ਤੇ ਲੱਖ ਲਾਨਤਾ ਨੇ ਉਹ ਕਹਿੰਦੇ ਵੀ ਇਹਨਾਂ ਨੂੰ ਆਪਰੇਸ਼ਨ ਥੀਟਰ ਦੇ ਵਿੱਚ ਲੈ ਕੇ ਆਪਰੇਸ਼ਨ ਥੀਟਰ ਦੇ ਵਿੱਚ ਗਏ ਤੇ ਉਹਨਾਂ ਨੇ ਆਪਰੇਸ਼ਨ ਸ਼ੁਰੂ ਕੀਤਾ ਕੁਝ ਸਮੇਂ ਬਾਅਦ ਉਹ ਮਤਲਬ ਬਾਹਰ ਨਿਕਲੇ 5 ਘੰਟਿਆਂ ਬਾਅਦ ਕਹਿੰਦੇ ਨੇ ਆਪਰੇਸ਼ਨ ਸਕਸੈਸਫੁਲ ਤੇ ਅੱਜ ਉਹ ਮੈਨੂੰ ਕਾਰਡ ਦੇ ਕੇ ਗਏ ਆਪਣਾ ਐਡਰੈਸ ਦੇ ਕੇ ਗਏ ਰਾਜਪੁਰੇ ਦੇ ਵਿੱਚ ਐਸ ਰੋਡ ਦੇ ਉੱਤੇ ਮੇਰਾ ਹਸਪੀਟਲ ਆ ਜਦੋਂ ਮਰਜੀ ਆ ਕੇ ਮਿਲੋ ਅੱਜ ਭੈਣ ਜੀ ਮੈਨੂੰ ਇੰਨੇ ਸਾਲ ਹੋ ਗਏ ਮੈਂ ਪੂਰੇ 10 ਦਿਨ ਰਾਜਪੁਰੇ ਦੇ ਵਿੱਚ ਰਹਿ ਕੇ ਉਹ ਹਸਪੀਟਲ ਲੱਭਿਆ ਉਹ ਡਾਕਟਰ ਲੱਭੇ ਮੈਨੂੰ ਕਿਤੇ ਨਹੀਂ ਮਿਲੇ ਅੱਛਾ ਬਿਲਕੁਲ ਨਹੀਂ ਮਿਲੇ ਮੈਂ ਸਾਰਾ ਕੁਝ ਲੱਭ ਲਿਆ ਮੇਰਾ ਮਨ ਮੇਰਾ ਮਨ ਹੋਇਆ ਵੀ ਸੱਚੇ ਪਾਤਸ਼ਾਹ ਨੇ ਆਪ ਰਹਿਮਤ ਕੀਤੀ ਹੈ ਤੇ ਫਿਰ ਮੇਰਾ ਮਨ ਹੋਇਆ ਵੀ ਜਦੋਂ ਗੁਰੂ ਸਾਹਿਬ ਐਡੀ ਕਿਰਪਾ ਕਰਦੇ ਨੇ ਫਿਰ ਮੈਨੂੰ ਬਚਾਇਆ ਮੈਨੂੰ ਦੌਰੇ ਪੈਣੇ ਹੁੰਦੇ ਸੀ ਮੈਂ ਕਿਸ ਕਤਲ ਕਰਾਉਣ ਤੋਂ ਮਨਾ ਕੀਤਾ ਤੇ ਮੈਂ ਮਰਨਾ ਮਨਜ਼ੂਰ ਸਮਝਿਆ ਪਰ ਕਿਸ ਨੇ ਕਤਲ ਕਰਾਈ ਮੈਨੂੰ ਐਡੀ ਵੱਡੀ ਦਾਤ ਦਿੱਤੀ ਗੁਰੂ ਸਾਹਿਬ ਨੇ ਤਾਂ ਮੈਂ ਸੋਚਿਆ ਵੀ ਐਡਾ ਗੁਰੂ ਕਿਸੇ ਕਰਮਾ ਨਾਲ ਮਿਲਦਾ ਫਿਰ ਉੱਥੋਂ ਮੇਰੀ ਸਿੱਖੀ ਦੇ ਨਾਲ ਪ੍ਰੇਮ ਸ਼ੁਰੂ ਹੋਇਆ ਫਿਰ ਅੱਗੇ 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 ਜਿਵੇਂ ਵੀ ਗੁਰੂ ਸਾਹਿਬ ਲੈ ਕੇ ਗਏ ਫਿਰ ਕੀਰਤਨ ਗਾਉਣ ਦਾ ਸ਼ੌਂਕ ਸੀ ਕੀਰਤਨ ਸਿੱਖ ਲਿਆ ਉਸ ਤੋਂ ਬਾਅਦ ਫਿਰ ਸਟੱਡੀ ਕਰਨ ਲੱਗ ਗਿਆ ਫਿਰ ਕੀਰਤਨ ਦੀ ਸਟੱਡੀ ਵੀ ਕੀਤੀ ਮਿਊਜ਼ਿਕ ਦੀ ਸਟੱਡੀ ਕੀਤੀ ਫਿਰ ਟੀਚਰ ਬਣਿਆ ਫਿਰ ਗੁਰੂ ਸਾਹਿਬ ਦੀ ਬਾਣੀ ਲਿਖਣ ਦਾ ਮਨ ਦੇ ਵਿੱਚ ਆਇਆ ਤੇ ਇਹ ਮਾਰੇ ਨੇ ਦਾਤ ਇਹ ਹੁਣ 550 ਸਾਲਾ ਗੁਰੂ ਸਾਹਿਬ ਦਾ ਮਨਾਇਆ ਉਦੋਂ ਇਹ ਕਿਰਪਾ ਕੀਤੀ ਤੇ ਮੈਂ ਇਸ ਨੂੰ ਸਮਝ ਨਹੀਂ ਰਿਹਾ ਵੀ ਗੁਰੂ ਸਾਹਿਬ ਦੀ ਕੀ ਖੇਡ ਹੈ ਕਿਉਂ ਮੇਰੇ ਤੇ ਇੰਨਾ ਤਰਸ ਕਰ ਰਹੇ ਨੇ ਕੀ ਗੱਲ ਹੈ ਬਸ ਉਹ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਹੁਣ ਤੱਕ ਤੁਸੀਂ ਕਿੰਨੇ ਜਿਹੜੇ ਅੰਗ ਆ ਉਹ ਤੁਸੀਂ ਲਿਖ ਚੁੱਕੇ ਹੋ ਤਕਰੀਬਨ 311 ਅੰਗ ਹੋ ਚੁੱਕੇ ਨੇ ਤਤਕਰਾ ਮਲਾ ਕੇ 325 ਜੀ ਹਾਂਜੀ ਤੇ ਜਿਹੜੇ ਇਹਦੇ ਕਾਗਜ਼ਾਤ ਹੈ ਜਾਂ ਜਿਹੜੀ ਸਿਆਹੀ ਹੈ ਉਹ ਤੁਸੀਂ ਸਿਆਹੀ ਇਹਦੀ ਆਪ ਹੀ ਤਿਆਰ ਕਰਦੇ ਹੋ ਬਿਲਕੁਲ ਜੀ ਆਪ ਸਾਰੀਆਂ ਹਰਬਲ ਚੀਜ਼ਾਂ ਨਾਲ ਤਿਆਰ ਕਰਦੇ ਆ ਕਾਗਜ਼ ਬਸ ਜੈਪੁਰ ਤੋਂ ਮੰਗਾਉਣੇ ਆ ਕਿਉਂਕਿ ਉਹ ਆਪਾਂ ਘਰੇ ਬਣਾ ਨਹੀਂ ਸਕਦੇ ਉਹਨਾਂ ਬਹੁਤ ਜ਼ਿਆਦਾ ਮਟੀਰੀਅਲ ਲੱਗਦਾ ਤਾਂ ਪੁਰਾਤਨ ਟੰਗ ਦੇ ਨਾਲ ਹੀ ਬਿਲਕੁਲ ਤੁਸੀਂ ਬਣਾ ਰਹੇ ਹੋ ਜਿਸ ਤਰ੍ਹਾਂ ਪਹਿਲਾਂ ਉਹ ਸ਼ੁਰੂਆਤ ਦੇ ਵਿੱਚ ਜਦੋਂ ਲਿਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਉਸੇ ਤਰ੍ਹਾਂ ਹੀ ਬਿਲਕੁਲ ਜੀ ਪੇਪਰ ਉਹੀ ਹੈ ਸ਼ਾਈ ਪੁਰਾਤਨ ਹੈ ਪੇਪਰ ਪੁਰਾਤਨ ਹੈ ਜਿਹੜੇ ਅੱਖਰਾਂ ਦੀ ਬੰਤਰ ਹੈ ਉਹ ਹਉਣ ਦੇ ਸਮੇਂ ਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਉਹ ਅੱਖਰ ਹੋਰ ਤਰੀਕੇ ਨਾਲ ਲਿਖੇ ਜਾਂਦੇ ਸਨ ਹੁਣ ਵਾਲੇ ਅੱਖਰ ਹੋਰ ਲਿਖੇ ਜਾਂਦੇ ਸਨ ਕਿਉਂਕਿ ਉਹ ਫਿਰ ਮੈਂ ਤਾਂ ਕਰਕੇ ਵਰਤੀ ਵੀ ਆਉਣ ਵਾਲੇ ਬੱਚਿਆਂ ਨੂੰ ਕੋਈ ਸਮੱਸਿਆ ਨਾ ਆਵੇ ਕਿਸੇ ਇੱਕ ਤਰ੍ਹਾਂ ਦੀ ਪੜਨ ਲੱਗਿਆ ਤਾਂ ਕਰਕੇ ਫਿਰ ਜਿਵੇਂ ਪੁਰਾਤਨ ਨੂੰ ਲੜੀਵਾਰ ਲਿਖਦੇ ਸਨ ਉਹ ਮੈਂ ਲੜੀਵਾਰ ਹੀ ਲਿਖਿਆ ਉਵੇਂ ਪੁਰਾਤਨ ਨਹੀਂ ਟੰਗ ਸਾਰਾ ਵਰਤੇ ਬਸ ਅੱਖਰ ਕੱਲੇ ਹੁਣ ਵਾਲੇ ਵਰਤੇ ਨੇ ਜਿਹੜੀ ਸਿਆਹੀ ਤੁਸੀਂ ਕਿਸ ਤਰ੍ਹਾਂ ਬਣਾਉਨੇ ਹੋ ਔਰ ਕੀ ਕੁਝ ਉਹਦੇ ਵਿੱਚ ਪਾਉਨੇ ਹੋ ਪਹਿਲੇ ਤਾਂ ਜੀ ਨਿੰਮ ਦਾ ਸੋਟਾ ਤੇ ਤਾਂਬੇ ਦਾ ਭਾਂਡਾ ਉਹਦੇ ਵਿੱਚ ਵਰਤੇ ਜਾਂਦੇ ਆ ਫਿਰ ਵਿਜੇਸਾਰ ਦੇ ਪਾਣੀ ਵਿਜੇਸਾਰ ਦੀ ਲੱਕੜ ਦਾ ਪਾਣੀ ਵਿੱਚ ਪਾਇਆ ਜਾਂਦਾ ਬੋਲ ਹੁੰਦੀ ਗੂੰਦ ਹੁੰਦੀ ਆ ਕਿਕਰ ਦੀ ਗੂੰਦ ਜਿਹਨੂੰ ਕਹਿ ਦਿੰਨੇ ਆ ਤੇ ਸੁਰਮਾ ਦੀਵੇ ਦੀ ਲੋ ਸੋਨਾ ਲਾਜਵੰਤੀ ਹੋਰ ਕੋਈ ਮਿੱਠੇ ਦਾ ਤੇਲ ਕਾਫੀ ਚੀਜ਼ਾਂ ਪਾ ਕੇ ਫਿਰ ਇਹ ਸ਼ਾਈ ਤਿਆਰ ਹੁੰਦੀ ਆ 20 ਦਿਨਾਂ ਬਾਅਦ ਅੱਛਾ ਜੀ ਹਾਂਜੀ ਵੀਧਨਵਾਦੀ ਹਿਸਤੈ ਸਹੀ ਤਿਆਰ ਹੋ ਜਾਂਦੀ ਸੋਨਾ ਵਿੱਚ ਸੂਟੇ ਦੇ ਵਿੱਚ ਲਾ ਦਿੱਤਾ ਜਾਂਦਾ ਉਹਨੂੰ 20 ਦਿਨ ਰਗੜਦੇ ਰਹਿੰਦੇ ਨੇ ਉਹ ਪਾਂ ਚੜਦੀ ਰਹਿੰਦੀ ਨਾਲੇ ਘੋਟਾ ਕੱਸਦਾ ਰਹਿੰਦਾ ਵੀ ਉਹ ਕਾਗਜ਼ ਦੇ ਉੱਤੇ ਕੜਤਨ ਪੈਦਾ ਹੋ ਜਾਵੇ ਸ਼ਾਈ ਦੇ ਵਿੱਚ ਵੀ ਉਹ ਕਾਗਜ਼ ਦੇ ਉੱਤੇ ਕਿਸੇ ਤਰ੍ਹਾਂ ਦਾ ਘੁਣਾ ਨਾ ਲੱਗੇ ਇਸ ਕਰਕੇ ਜੀ ਜੀ ਤੁਸੀਂ ਕਹਾਂ ਵੀ ਸੋਨਾ ਤੁਸੀਂ ਪੌਣਿਓ ਸਿਆਹੀ ਦੇ ਵਿੱਚ ਤੇ ਸੋਨਾ ਕਾਫੀ ਮਹਿੰਗਾ ਹੈ ਤੇ ਜੇਕਰ ਆਪਾਂ ਐਸਟੀਮੇਟ ਦੀ ਗੱਲ ਕਰੀਏ ਤਾਂ ਕਿੰਨਾ ਕੁ ਜਿਹੜਾ ਇਹਦੇ ਤੇ ਖਰਚਾ ਜਿਹੜਾ ਹੈਗਾ ਪ੍ਰੋਪਰ ਸਾਰੇ ਉਤਾਰੇ ਤੇ ਆਉਣਾ ਹੈਗਾ ਇਹ ਬੰਜੀ ਮੈਂ ਕੁਝ ਨਹੀਂ ਕਹਿ ਸਕਦਾ ਇਸ ਸਵਾਨ ਦੇ ਵਿੱਚ ਇਹ ਵੀ ਹੈ ਵੀ ਹੋ ਸਕਦਾ ਹੈ ਵੀ 35-40 ਲੱਖ ਲੱਗ ਜਾਣ ਹੋ ਸਕਦਾ ਹੈ 70-80 ਲੱਖ ਲੱਗ ਜਾਣ ਇਹ ਮੈਨੂੰ ਕੋਈ ਪਤਾ ਨਹੀਂ ਸੋਨੇ ਦਾ ਭਾਅ ਕਦੋਂ ਚੜਨਾ ਤੇ ਕਦੋਂ ਉਤਰਨਾ ਕਿਉਂਕਿ ਮਾਰੀ ਸਾਹਿਬ ਦੇ ਹਰ ਇੱਕ ਅੰਗ ਦੇ ਉੱਤੇ ਸੋਨਾ ਲੱਗਣਾ ਹੈ ਮੀਨਾਕਾਰੀ ਹੋਣੀ ਹੈ ਉਹ ਵੀ ਸੋਨੇ ਨਾਲ ਹੋਣੀ ਹੈ ਜਿਹੜੀ ਜਲਤ ਹੈ ਮੇਰਾ ਮੰਨ ਹੈ ਵੀ ਜਲਤ ਵੀ ਸੋਨੇ ਦੀ ਬਣਾਈ ਜਾਵੇ ਤੇ ਉਹ ਫਿਰ ਉਹ ਅਨੁਮਾਨ ਉਹਦੇ ਹੀ ਪਤਾ ਲੱਗੇਗਾ ਵੀ ਜਦੋਂ ਗੁਰੂ ਸਾਹਿਬ ਦਾ ਸਰੂਪ ਤਿਆਰ ਹੋ ਗਿਆ ਪੂਰਾ ਤੇ ਹੁਣ ਤੱਕ ਕਿੰਨਾ ਮਤਲਬ ਤੁਹਾਡਾ ਖਰਚਾ ਹੋ ਚੁੱਕਿਆ ਹੁਣ ਤੱਕ ਤਾਂ ਬੇਨ ਜੀ ਕਰੀਬ-ਕਰੀਬ 8-10 ਲੱਖ ਤਾਂ ਲੱਗ ਚੁੱਕਿਆ ਜੀ ਹਾਂਜੀ ਤੇ ਜਿਸ ਤਰ੍ਹਾਂ ਤੁਹਾਡਾ ਪਰਿਵਾਰ ਦੇ ਨਾਲ ਵੀ ਅਸੀਂ ਮਿਲੇ ਤਾਂ ਤੁਹਾਡੇ ਮਾਤਾ ਜੀ ਤਾਂ ਘਰਾਂ 'ਚ ਕੰਮ ਕਰਦੇ ਐ ਪਿਤਾ ਜੀ ਤੁਹਾਡੇ ਬੱਕਰੀਆਂ ਚਰਾਉਂਦੇ ਐ ਤਾਂ ਇੰਨਾ ਫਿਰ ਤੁਸੀਂ ਜਿਹੜਾ ਧਨ ਹੈ ਕਿਸ ਤਰ੍ਹਾਂ ਮਤਲਬ ਜੁਟਾਇਆ ਜਾਂ ਅੱਗੇ ਕਿਦਾਂ ਜੁਟਾਉਂਗੇ ਪਹਿਲਾਂ ਜਿਹੜਾ ਸੀ ਬੇਨ ਜੀ ਉਹ ਤਾਂ ਮੈਂ ਆਪਣੀ ਪੇ ਦੇ ਵਿੱਚੋਂ ਕਰਦਾ ਹੁੰਦਾ ਸੀ ਹੁਣ ਸਿੱਖ ਸੰਗਤ ਸਹਿਯੋਗ ਕਰ ਰਹੀ ਹੈ ਉਹ ਜਿਵੇਂ ਹੁਣ ਕੁਝ ਦਿਨ ਕੰਮ ਸੇਵਾ ਮਾਰੇ ਸਾਹਿਬ ਦੀ ਰੁਕੀ ਹੋਈ ਆ ਸੋਨਾ ਨਾ ਹੋਣ ਕਰਕੇ ਤੇ ਉਹ ਸੇਵਾ ਤਾਂ ਕਰਕੇ ਵੀ ਅੱਗੇ ਜਦੋਂ ਸੰਗਤ ਸਹਿਯੋਗ ਦੇਵੇਗੀ ਸੇਵਾ ਆ ਜਾਵੇਗੀ ਜਿਵੇਂ ਵੀ ਸੰਗਤ ਸਹਿਯੋਗ ਦੇਵੇ ਫਿਰ ਅੱਗੇ ਫਿਰ ਅੱਗੇ ਅੰਮ੍ਰਿਤ ਕਰ ਲਾਂਗੇ ਪੇਪਰ ਲਿਆਉਣ ਵਾਸਤੇ ਜਾਂ ਹੋਰ ਜੋ ਕੁਝ ਵੀ ਹੈ ਉਹ ਸਾਰਾ ਮਟੀਰੀਅਲ ਕਿਉਂਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਕਿਉਂਕਿ ਮੈਂ ਉਹਦੀ ਬਿੱਤੀ ਵੀ ਉਨੀ ਤਾਕਤ ਨਹੀਂ ਹੈ ਤੇ ਪਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਸਿੱਖ ਸੰਗਤ ਦੇ ਵਿੱਚ ਬਥੇਰਾ ਚਾ ਹੈ ਉਹ ਆਪਣੇ ਗੁਰੂ ਸਾਹਿਬ ਗੁਰੂ ਦੇ ਲਈ ਮੈਂ ਕਹਿੰਦਾ ਵੀ ਗੁਰੂ ਨੂੰ ਸੋਨੇ ਸੋਨੇ ਦੀ ਗੱਲ ਨਹੀਂ ਹੀਰਿਆਂ ਦੇ ਵਿੱਚ ਵੀ ਜੜਾ ਦੇਣਗੇ ਇੰਨਾ ਸਿੱਖ ਸੰਗਤ ਦੇ ਵਿੱਚ ਗੁਰੂ ਪ੍ਰਤੀ ਪਿਆਰ ਹੈ ਚਾ ਹੈ ਜਿਨੇ ਆਪਣੇ ਬੱਚੇ ਬਲਦਾਨ ਕੀਤੇ ਹੋਣ ਕਿ ਅਸੀਂ ਉਸ ਗੁਰੂ ਲਈ ਸੋਨਾ ਨਹੀਂ ਵਰਤ ਸਕਦੇ ਤੇ ਸਮਾਂ ਕਿੰਨਾ ਲੱਗ ਜਾਊ ਕੰਪਲੀਟ ਕਰਨ ਦੇ ਵਿੱਚ ਸਮਾਂ ਮੈਂ ਜੀ ਕਰੀਬ ਪੰਜ ਚਾਰ ਪੰਜ ਸਾਲ ਹੋਰ ਲੱਗ ਸਕਦੇ ਨੇ ਕਿਉਂਕਿ ਵਿੱਚ ਰੁਕ ਜਾਂਦਾ ਹੈ ਸੇਵਾ ਨਾ ਹੋਣ ਕਰਕੇ ਜੀ ਤੇ ਕੀ ਤੁਸੀਂ ਸੋਚਦੇ ਹੋ ਕਿ ਜਦੋਂ ਗੁਰਗ੍ਰੰਥ ਸਾਹਿਬ ਜੀ ਕੰਪਲੀਟ ਹੋ ਗਏ ਸੰਪੂਰਨ ਹੋ ਗਏ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਕਿੱਥੇ ਤੁਸੀਂ ਸਜੋਬਿਤ ਕਰਨਾ ਚਾਹੋਗੇ ਪਹਿਲਾ ਮੇਰਾ ਮਨ ਹੈ ਵੀ ਦਰਬਾਰ ਸਹਿਬ ਮਹਾਰਾਜ ਸਾਹਿਬ ਕਿਰਪਾ ਕਰਨ ਵੀ ਕੋਈ ਇਸ ਤਰ੍ਹਾਂ ਦੀ ਕਮੀ ਨਾ ਰਵੇ ਸਰੂਪ ਦੇ ਵਿੱਚ ਤੇ ਦਰਬਾਰ ਸਹਿਬ ਇੱਕ ਵਾਰੀ ਪ੍ਰਕਾਸ਼ ਹੋ ਜਾਣ ਮੇਰੇ ਮਨ ਦਾ ਚਾਹੇ ਉਸ ਤੋਂ ਉਪਰੰਤ ਫਿਰ ਇਹਨੂੰ ਮਹਾਰਾਜ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮੈਂ ਘਰ ਵਿੱਚ ਹੀ ਵਰਾਜਮਾਨ ਰੱਖਣਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਵੀ ਮੇਰੇ ਘਰ ਦੇ ਵਿੱਚ ਉਹ ਗੁਰੂ ਸਾਹਿਬ ਕਿਤੇ ਜਾਣ ਕਿਉਂਕਿ ਵੱਡੇ ਭਾਗਾਂ ਨਾਲ ਉੱਚੇ ਕਰਮਾਂ ਨਾਲ ਜਾਂ ਸਤਿਗੁਰੂ ਦੀ ਦਇਆ ਨਾਲ ਵੀ ਮਹਾਰਾਜ ਘਰੇ ਆਏ ਨੇ ਤੇ ਸਦਾ ਹੀ ਮੇਰੇ ਘਰ ਵਿੱਚ ਰਹਿਣ ਮੇਰਾ ਮੰਨਣਾ ਹੈ ਬਹੁਤ ਬਤਨ ਵਜ ਵੀਰ ਜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੋ ਸਾਡੇ ਨਾਲ ਇਹ ਮਨਕੀਰਤ ਸਿੰਘ ਉਰਫ ਜਗਨਦੀਪ ਕੁਮਾਰ ਮੌਜੂਦ ਸਨ ਔਰ ਤੁਸੀਂ ਇਹਨਾਂ ਨੂੰ ਸੁਣਿਆ ਔਰ ਜਾਣਿਆ ਕਿ ਕਿਸ ਤਰ੍ਹਾਂ ਇਹ ਇੱਕ ਵਾਲਮੀਕ ਪਰਿਵਾਰ ਦੇ ਵਿੱਚ ਜਨਮੇ ਇਹਨਾਂ ਦਾ ਜਿਹੜਾ ਜਨਮ ਹੈ ਉਹ ਇੱਕ Hindu ਪਰਿਵਾਰ ਦੇ ਵਿੱਚ ਹੋਇਆ ਔਰ ਆਪ ਇਹ ਅੱਜ ਅੰਮ੍ਰਿਤਧਾਰੀ ਸਿੱਖ ਨੇ ਇੰਦਾਂ ਨੇ 2009 ਦੇ ਵਿੱਚ ਜਿਹੜਾ ਅਮ੍ਰਿਤ ਧਾਰਨ ਕੀਤਾ ਔਰ ਇਹ ਬਹੁਤ ਵੱਡੀ ਮਿਸਾਲ ਨੇ ਪੰਜਾਬ ਦੇ ਵਿੱਚ ਸਿੱਖ ਅਤੇ ਹਿੰਦੂ ਭਾਈਚਾਰਕ ਦੀ ਇੱਕ ਬਹੁਤ ਵੱਡੀ ਮਿਸਾਲ ਨੇ ਜਿਸ ਤਰ੍ਹਾਂ ਬਿਤੇ ਦਿਨੀ ਪਟਿਆਲੇ ਵਿਖੇ ਬਹੁਤ ਵੱਡਾ ਜਿਹੜਾ ਹੈ ਇਹ ਸੇਧ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਮਿਊਨਲ ਹਾਰਮਨੀ ਨੂੰ ਪੰਜਾਬ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਵਿਖੇ ਜਾ ਕੇ ਜਿਹੜਾ ਹੈ ਮੰਦਰ ਦੇ ਜਿਹੜੇ ਪਰਿਸਰ ਉੱਥੇ ਜਾ ਕੇ ਭਗ ਕਰਨ ਦੀ ਕੋਸ਼ਿਸ਼ ਕੀਤੀ ਗਈ ਮਰਿਆਦਾ ਨੂੰ ਔਰ ਜਿਹੜਾ ਪੰਜਾਬ ਹੈ ਬਹੁਤ ਸਦੀਆਂ ਤੋਂ ਲੰਬੇ ਸਮੇਂ ਤੋਂ ਇਹ ਭਾਈਚਾਰਕ ਸਾਂਝ ਦੀ ਗਵਾਹੀ ਭਰਦਾ ਆ ਰਿਹਾ ਹੈ ਪਿੰਡ ਭਗਤਾ ਪਾਇਕਾ ਤੋਂ ਰਹਿਮਤ ਟੀਵੀ ਦੇ ਲਈ ਆकांक्षा सक्सेना